एक बुजुर्ग जिहदा दाढ़ा प्रकार जां पग बन्नी हुई है, बुजुर्ग उम्र दा बंदा, ते उहनूं इस तरह दो बंदे खिच करदे, किड्डी बहादुरी वाली गल है। टास्क फोर्स पहली बार नहीं सवालां दे घेरे दे विच आई, अगां वी इहनां दे वल्लों बहुत जिहड़ियां हैगियां इस जिहियां घटनावां जिहनूं गुंडागर्दी किस्म दी गल कही जा सकदी। एक व्यक्ति दी जिहड़ी हैगी आ जगदीश टाइटलर दी पहनी हुई टी-शर्ट सामने आ जांदी है जी, ਉਹ ਸਰੇਆਮ ਫੋਟੋ ਖਿਚਾ ਜਾਂਦਾ ਹੈ, ਸਿੱਖ ਕੌਮ ਦੇ ਸੀਨਿਆਂ ਦੇ ਵਿੱਚ ਜਾਂ ਸਿੱਖਾਂ ਦੇ ਸੀਨੇ ਫੂਕ ਜਾਂਦਾ ਹੈ ਜੀ। ਵੀ ਉਦੋਂ ਕਿੱਥੇ ਸੀ ਇਹ ਟਾਸਕ ਫੋਰਸ, ਉਦੋਂ ਇਹਨਾਂ ਦੇ ਡੰਡੇ ਕਿੱਥੇ ਸੀ ਜਾਂ ਇਹਨਾਂ ਦੇ ਇਹ ਲੋਕ ਕਿੱਥੇ ਸੀਗੇ, ਔਰ ਗੁੰਡੇ ਸ਼ਬਦ ਵਰਤ ਕੇ ਜਿਹੜਾ ਹੈਗਾ ਕਿਹਾ ਜਾ ਰਿਹਾ ਵੀ ਉਦੋਂ ਗੁੰਡੇ ਕਿੱਥੇ ਸੀ ਸ਼੍ਰੋਮਣੀ ਕਮੇਟੀ ਦੇ। ਕੀ ਇੱਕ ਬਜ਼ੁਰਗ ਨੂੰ ਉੱਥੇ ਇਸ ਤਰ੍ਹਾਂ ਕੁੱਟਣਾ ਹੀ ਬਣਦਾ ਸੀ ਜਾਂ ਉਹਦੇ ਤੇ ਕਾਨੂੰਨੀ ਕਾਰਵਾਈ ਕਰਵਾਉਣੀ ਬਣਦੀ ਸੀ, ਕੋਈ ਕਿਸੇ ਕਿਸਮ ਦੀ ਬੇਅਦਬੀ ਤਾਂ ਨਹੀਂ ਕਰਤੀ, ਕਿਤੇ ਉਹ ਜਗਦੀਸ਼ ਟਾਈਟਲਰ ਦਾ ਭੇਜਿਆ ਹੋਇਆ ਬੰਦਾ ਤਾਂ ਨਹੀਂ ਸੀਗਾ ਇਹ, ਜੇ ਤਾਂ ਉਹ ਇਹ ਸੀ ਫਿਰ ਤੇ ਤੁਸੀਂ ਰੱਜ ਰੱਜ ਜੰਮ ਜੰਮ ਕੁੱਟੋ, ਕਿਉਂਕਿ ਲੋਕ ਵੀ ਐਡੇ ਮੂਰਖ ਤਾਂ ਨਹੀਂ ਹੈਗੇ ਵੀ ਵੀਡੀਓ ਬਣਾ ਕੇ ਸਿਰਫ ਸ਼੍ਰੋਮਣੀ ਕਮੇਟੀ। ਜੇ ਬੰਦੇ ਨੇ ਕੋਈ ਗਲਤੀ ਕੀਤੀ ਹੁੰਦੀ ਤਾਂ ਲੋਕਾਂ ਨੇ ਉੱਥੇ ਵੀਡੀਓ ਇਹ ਵੀ ਪਾ ਦੇਣੀ ਸੀਗੀ ਵੀ ਦੇਖੋ ਐਡੀ ਵੱਡੀ ਗਲਤੀ ਕੀਤੀ ਹੈ, ਜੁੱਤੀਆਂ ਦੇ ਲਾਇਕ ਹੈ ਬਿਲਕੁਲ, ਪਰ ਲੋਕ ਇਹ ਵੀਡੀਓ ਬਣਾਉਂਦੇ ਇਹ ਕਹਿ ਰਹੇ ਆ ਵੀ ਇਹਨਾਂ ਦੀ ਬਣਾਓ ਵੀਡੀਓ। ਜਥੇਦਾਰ ਸਾਹਿਬ ਹੋਰ ਬਿਆਨ ਤਾਂ ਬਹੁਤ ਕੁਝ ਦੇ ਦਿੰਦੇ ਆ ਬਿਲਕੁਲ, ਤੇ ਨਾ ਬੇਅਦਬੀ ਦੇ ਉੱਤੇ ਬੋਲਦੇ ਨਾ ਅਜਿਹੀਆਂ ਘਟਨਾਵਾਂ ਦੇ ਉੱਤੇ ਬਿਆਨ ਹੁੰਦਾ ਹੈ ਬਿਲਕੁਲ। ਪ੍ਰਧਾਨ ਸਾਹਿਬ ਨੂੰ ਵੀ ਅਜਿਹੀਆਂ ਘਟਨਾਵਾਂ ਦੇ ਉੱਤੇ ਜ਼ਰੂਰ ਬੋਲਣਾ ਚਾਹੀਦਾ, ਸੱਪ ਨਹੀਂ ਸੁੰਘਣਾ ਚਾਹੀਦਾ ਇਹਨਾਂ ਘਟਨਾਵਾਂ ਦੇ ਉੱਤੇ। ਜੇ ਸੰਗਤ ਦੀ ਕਮੇਟੀ ਹੈ, ਸੰਗਤ ਦਾ ਇੱਥੇ ਪੈਸਾ ਆ ਰਿਹਾ, ਸਾਰਾ ਕੁਝ ਸੰਗਤ ਦਾ, ਤਾਂ ਸੰਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਇਹਨੂੰ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਨਾ। ਪਰ ਗੁੰਡਾਗਰਦੀ ਜੇ ਪਿੱਛੋਂ ਹੀ ਗੁੰਡਾਗਰਦੀ ਸਿਖਾਈ ਹੋਵੇ ਤਾਂ ਗੁੰਡੇ ਹੀ ਪੈਦਾ ਕੀਤੇ ਗਏ ਲੋਕ ਰੱਖੇ ਗਏ ਹੁਣ ਜਿਨ੍ਹਾਂ ਦੇ ਅੰਦਰ ਕੋਈ ਭਾਵਨਾ ਹੀ ਨਹੀਂ ਹੈ, ਜਿਨ੍ਹਾਂ ਦੇ ਅੰਦਰ ਕੋਈ ਦਿਲ ਨਹੀਂ ਹੈਗਾ, ਜੋ ਉਹਨਾਂ ਦੀਆਂ ਭਰਤੀਆਂ ਕਰਕੇ ਇਹ ਭਰਤੀ ਕਰਨੇ ਨੇ ਗੁੰਡੇ ਬਿਲਕੁਲ, ਫਿਰ ਇਹ ਜਾਣ ਬੁੱਝ ਕੇ ਕੀਤੀ ਗਈ ਗਈਆਂ ਸ਼ਰਾਰਤਾਂ ਨੇ। ਕੋਈ ਬੀਬੀ ਬਾਹਰੋਂ ਆ ਕੇ ਨੰਗੇ ਸਿਰ ਫੋਟੋ ਖਿਚਾਉਣ ਲੱਗ ਜਾਂਦੀ, ਉਹਨੂੰ ਪਿਆਰ ਨਾਲ ਦੱਸੋ ਯਾਰ ਉਹ ਬਾਹਰੋਂ ਆਇਆ ਉਹਨੂੰ ਕੀ ਪਤਾ ਬਿਲਕੁਲ, ਜੇ ਉਹਨਾਂ ਦੇ ਹੋ ਸਕਦਾ ਉਹਨਾਂ ਦੇ ਧਰਮ ਦੇ ਅਕੋਰਡਿੰਗ ਨਹੀਂ ਇਸ ਤਰ੍ਹਾਂ ਮਤਲਬ ਕਿ ਚੁੰਨੀ ਲੈਂਦੇ ਹੋਣੇ ਆ ਜਾਂ ਇਸ ਤਰ੍ਹਾਂ ਉੱਥੇ ਕਰ ਸਕਦੇ ਹੋਵੋਗੇ, ਪਰ ਉਹਨਾਂ ਨੂੰ ਆਪਣਾ ਇਤਿਹਾਸ ਦੱਸੋ ਯਾਰ ਪਿਆਰ ਨਾਲ। ਇਹ ਕੀ ਤੁਸੀਂ ਕਿਸੇ ਔਰਤ ਨੂੰ ਵੀ ਉੱਥੇ ਤੱਕ ਕੁੱਟਣ ਤੱਕ ਜਾਂਦੇ ਇਹ? ਜਦੋਂ ਅਸੀਂ ਇਹਨਾਂ ਨੂੰ ਸਵਾਲ ਕਰਦੇ ਹਾਂ ਵੀ ਦੱਸੋ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਕਿੱਥੇ ਕਿੱਥੇ ਗਲਤੀਆਂ ਹੋਈਆਂ ਜੀ, ਇਹ ਕਹਿੰਦੇ ਤੁਹਾਨੂੰ ਪਤਾ ਹੋਣਾ ਵੀ ਤੁਸੀਂ ਮੀਡੀਆ ਨੇ ਪ੍ਰਚਾਰਿਆ, ਗਲਤ ਸੋਸ਼ਲ ਮੀਡੀਆ ਤੇ ਦਿਖਾਇਆ, ਤੇ ਆ ਜਿਹੜਾ ਤੁਸੀਂ ਗਲਤ ਕਰੀ ਜਾਂਦੇ ਉਹਨੂੰ ਸਹੀ ਕਹਿ ਕੇ ਪ੍ਰਚਾਰੀਏ ਫਿਰ ਹੁਣ ਅਸੀਂ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸੰਸਾਰਦੀਪ ਸਿੰਘ ਹਾਂ। ਪਿਛਲੇ ਦਿਨਾਂ ਦੇ ਦੌਰਾਨ, ਕੁਝ ਦਿਨਾਂ ਦੌਰਾਨ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਲਗਾਤਾਰ ਵਿਵਾਦ ਵੀ ਵੱਧਦਾ ਹੋਇਆ ਨਜ਼ਰ ਆ ਰਿਹਾ। ਅੱਜ ਇੱਕ ਦਿਨ ਪਹਿਲਾਂ ਇੱਕ ਨੌਜਵਾਨ ਜਿਹੜਾ ਜਗਦੀਸ਼ ਟਾਈਟਲਰ ਨਾਮ ਦੇ ਇੱਕ ਕਾਂਗਰਸੀ ਆਗੂ ਦੀ ਟੀ ਸ਼ਰਟ ਪਾ ਕੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਚਲੇ ਜਾਂਦਾ ਅਤੇ ਉਸਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਫੋਟੋਜ਼ ਵੀ ਪੋਸਟ ਕੀਤੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਵੀ ਵੱਡੇ ਸਵਾਲ ਖੜ੍ਹੇ ਹੁੰਦੇ ਨੇ। ਹੁਣ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਸਾਹਮਣੇ ਆਈ ਆ ਜਿੱਥੇ ਇੱਕ ਬਜ਼ੁਰਗ ਜਿਨ੍ਹਾਂ ਦੀ ਉਮਰ ਦੇਖਣ ਮੁਤਾਬਕ 70 ਤੋਂ 75 ਸਾਲ ਦੇ ਕਰੀਬ ਲੱਗਦੀ ਆ, ਉਹਨਾਂ ਨੂੰ ਕੁੱਟਮਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਅਤੇ ਟਾਸਕ ਫੋਰਸ ਦੇ ਵੱਲੋਂ ਕੀਤੀ ਜਾਂਦੀ ਆ। ਵਜ੍ਹਾ ਦੱਸੀ ਜਾ ਰਹੀ ਹੈ ਕਿ ਬਜ਼ੁਰਗ ਦੇ ਵੱਲੋਂ ਗੁਰੂ ਘਰ ਦੇ ਵਿੱਚ ਲੱਗਿਆ ਕੋਈ ਜੰਗਲਾ ਜਿਹੜਾ ਟੱਪਿਆ ਗਿਆ ਸੀ, ਜਿਸ ਦੀ ਵਜ੍ਹਾ ਦੇ ਨਾਲ ਦੱਸਿਆ ਜਾ ਰਿਹਾ ਕਿ ਇਹ ਵਰਤਾਰਾ ਉਸ ਬਜ਼ੁਰਗ ਦੇ ਨਾਲ ਕੀਤਾ ਗਿਆ। ਕਾਫੀ ਵਿਵਾਦ ਇਸ ਵੀਡੀਓ ਨੂੰ ਲੈ ਕੇ ਜਿਹੜਾ ਹੋ ਰਿਹਾ, ਇਸ ਸਾਰੇ ਮੁੱਦੇ ਦੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਸਹਿਯੋਗੀ ਜਗਦੀਪ ਸਿੰਘ ਥਲੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਜਗਦੀਪ ਜੀ, ਸਰ, ਕਿਸ ਤਰ੍ਹਾਂ ਦੇਖ ਰਹੇ ਹੋ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, 70 ਤੋਂ 75 ਸਾਲ ਦੀ ਉਮਰ ਦੇ ਇੱਕ ਬਜ਼ੁਰਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ? ਬਿਲਕੁਲ, ਇਹ ਜਿਹੜੀ ਹੈਗੀ ਆ ਵੀਡੀਓ ਵਾਇਰਲ ਹੋਈ ਆ, ਔਰ ਇਹਦੇ ਵਿੱਚ ਕਈ ਸਵਾਲ ਸ਼੍ਰੋਮਣੀ ਕਮੇਟੀ ਦੇ ਵੀ ਉੱਠ ਰਹੇ ਨੇ ਜੀ, ਵੀ ਇੱਕ ਬਜ਼ੁਰਗ ਜਿਹਦਾ ਦਾੜਾ ਪ੍ਰਕਾਸ਼ ਜਾਂ ਪੱਗ ਬੰਨੀ ਹੋਈ ਹੈ, ਬਜ਼ੁਰਗ ਉਮਰ ਦਾ ਬੰਦਾ, ਤੇ ਉਹਨੂੰ ਇਸ ਤਰ੍ਹਾਂ ਦੋ ਬੰਦੇ ਖਿੱਚ ਕਰਦੇ, ਕਿੱਡੀ ਕੁ ਬਹਾਦਰੀ ਵਾਲੀ ਗੱਲ ਹੈ। ਟਾਸਕ ਫੋਰਸ ਪਹਿਲੀ ਵਾਰ ਨਹੀਂ ਸਵਾਲਾਂ ਦੇ ਘੇਰੇ ਦੇ ਵਿੱਚ ਆਈ, ਅਗਾਂਹ ਵੀ ਇਹਨਾਂ ਦੇ ਵੱਲੋਂ ਬਹੁਤ ਜਿਹੜੀਆਂ ਹੈਗੀਆਂ ਇਸ ਅਜਿਹੀਆਂ ਘਟਨਾਵਾਂ ਜਿਹਨੂੰ ਗੁੰਡਾਗਰਦੀ ਕਿਸਮ ਦੀ ਗੱਲ ਕਹੀ ਜਾ ਸਕਦੀ ਹੈ। ਵੀ ਹੁਣ ਲੋਕ ਕੀ ਕਰ ਰਹੇ ਆ, ਲੋਕ ਇਹ ਕਹਿ ਕੇ ਪ੍ਰਚਾਰੇ ਵੀ ਇਹ ਟਾਸਕ ਫੋਰਸ ਨਹੀਂ ਹੈਗੀ, ਇਹ ਸਿਰਫ ਗੁੰਡੇ ਰੱਖੇ ਹੋਏ ਨੇ ਬਿਲਕੁਲ ਸ਼੍ਰੋਮਣੀ ਕਮੇਟੀ ਨੇ ਜਿਹੜੇ ਇਸ ਤਰ੍ਹਾਂ ਕਰਦੇ। ਸਵਾਲ ਇਹ ਵੀ ਉੱਠ ਰਹੇ ਆ, ਬੀਤੇ ਦਿਨੀ ਇੱਕ ਵਿਅਕਤੀ ਦੀ ਜਿਹੜੀ ਹੈਗੀ ਆ ਜਗਦੀਸ਼ ਟਾਈਟਲਰ ਦੀ ਪਹਿਨੀ ਹੋਈ ਟੀ ਸ਼ਰਟ ਸਾਹਮਣੇ ਆ ਜਾਂਦੀ ਹੈ ਜੀ, ਉਹ ਸਰੇਆਮ ਫੋਟੋ ਖਿਚਾ ਜਾਂਦਾ ਹੈ, ਸਿੱਖ ਕੌਮ ਦੇ ਸੀਨਿਆਂ ਦੇ ਵਿੱਚ ਜਾਂ ਸਿੱਖਾਂ ਦੇ ਸੀਨੇ ਫੂਕ ਜਾਂਦਾ ਹੈ,
सिख कौम मतलब कि उहदे च इह लगदा वी जलालत महसूस करदे ने लोक कितने कितने बहुत ज्यादा गर्मी भी हैगी आ लोकां दे विच और गुस्सा हैगा इस गल नूं लै के जी और वह लोग लगातार सवाल यह कर रहे ने इस वीडियो दे भी जे तुसी गल करदे हो तां सोशल मीडिया दे उत्ते जिहड़ी चर्चा दा विशा बनी होई है हुण जी जी वी उदों कित्थे सी इह टास्क फोर्स उदों इहनां दे डंडे कित्थे सी जां इहनां दे इह लोक कित्थे सीगे और गुंडे शब्द वरत के जिहड़ा हैगा कहा जा रहा भी उदों गुंडे कित्थे सी श्रोमणी कमेटी दे जदों शरेआम अजिहियां सिखां दे जिहड़े कातल ने लोक उहनां दीआं टी शर्टां पहन के ਇੱਥੋਂ ਸ਼ਰੇਆਮ ਫੋਟੋ ਖਿਚਾ ਕੇ ਚਲੇ ਜਾਂਦੇ ਆ ਤੇ ਉਦੋਂ ਕੀ ਕਰਦੀ ਸੀਗੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਸੋ ਇਸ ਗੱਲ ਦੇ ਉੱਤੇ ਲੋਕਾਂ ਦਾ ਬਹੁਤ ਜ਼ਿਆਦਾ ਗੁੱਸਾ ਫੁੱਟਿਆ ਹੋਇਆ ਹੈ ਔਰ ਇਸ ਤਰ੍ਹਾਂ ਹੁਣ ਇੱਕ ਹੁਣ ਸ਼੍ਰੋਮਣੀ ਕਮੇਟੀ ਦਾ ਹੋ ਸਕਦਾ ਉਹ ਤਾਂ ਕਹਿ ਰਹੇ ਆ ਵੀ ਜੰਗਲਾਂ ਟੱਪਿਆ ਸੀ ਬਜ਼ੁਰਗ ਤੇ ਜੰਗਲਾਂ ਟੱਪਣ ਤੋਂ ਬਾਅਦ ਹੀ ਇਸ ਤਰ੍ਹਾਂ ਕੀਤਾ ਗਿਆ ਪਰ ਮੈਂ ਲੋਕਾਂ ਕੁਝ ਵੀ ਕਹਿ ਸਕਦੇ ਆ ਵੀ ਜੰਗਲਾਂ ਟੱਪਿਆ ਬਜ਼ੁਰਗ ਦੀ ਗਲਤੀ ਮੰਨਦਾ ਵੀ ਬਜ਼ੁਰਗ ਨੇ ਬਹੁਤ ਗਲਤੀ ਕੀਤੀ ਹੋਊਗੀ ਕੁਝ ਕਹਿਤਾ ਹੋਊਗਾ ਨਹੀਂ ਜੰਗਲਾਂ ਟੱਪਿਆ ਹੋਊਗਾ ਕੋਈ ਹੋਰ ਗਲਤੀ ਕਰ ਲਈ ਹੋਊਗੀ ਪਰ ਕੀ ਇੱਕ ਬਜ਼ੁਰਗ ਨੂੰ ਉੱਥੇ ਇਸ ਤਰ੍ਹਾਂ ਕੁੱਟਣਾ ਹੀ ਬਣਦਾ ਸੀ ਜਾਂ ਉਹਦੇ ਤੇ ਕਾਨੂੰਨੀ ਕਾਰਵਾਈ ਕਰਵਾਉਣੀ ਬਣਦੀ ਸੀ ਕੋਈ ਕਿਸੇ ਕਿਸਮ ਦੀ ਬੇਅਦਬੀ ਤਾਂ ਨਹੀਂ ਕਰਤੀ ਕਿਤੇ ਉਹ ਜਗਦੀਸ਼ ਟਾਈਟਲਰ ਦਾ ਭੇਜਿਆ ਹੋਇਆ ਬੰਦਾ ਤਾਂ ਨਹੀਂ ਸੀਗਾ ਇਹ ਜੇ ਤਾਂ ਉਹ ਇਹ ਸੀ ਫਿਰ ਤੇ ਤੁਸੀਂ ਰੱਜ ਰੱਜ ਜੰਮ ਜੰਮ ਕੁੱਟੋ ਬਿਲਕੁਲ ਪਰ ਜੇਕਰ ਇੱਕ ਸਿੱਖ ਨੂੰ ਬਿਨਾਂ ਇੱਕ ਗਲਤੀ ਕੀਤੇ ਤੇ ਐਡੀ ਵੱਡੀ ਸਜ਼ਾ ਦੇ ਦੇਣੀ ਜਿਹੜੀ ਸੀਸੀਟੀਵੀ ਦੇ ਵਿੱਚ ਆ ਜਾਣੀ ਜਾਂ ਫਿਰ ਉੱਥੋਂ ਦੇ ਲੋਕਾਂ ਨੇ ਵੀਡੀਓ ਕਿਉਂਕਿ ਲੋਕ ਵੀ ਐਡੇ ਮੂਰਖਤਾ ਨਹੀਂ ਹੈਗੇ ਵੀ ਵੀਡੀਓ ਬਣਾ ਕੇ ਸਿਰਫ ਸ਼੍ਰੋਮਣੀ ਕਮੇਟੀ ਜੇ ਬੰਦੇ ਨੇ ਕੋਈ ਗਲਤੀ ਕੀਤੀ ਹੁੰਦੀ ਤਾਂ ਲੋਕਾਂ ਨੇ ਉੱਥੇ ਵੀਡੀਓ ਇਹ ਵੀ ਪਾ ਦੇਣੀ ਸੀਗੀ ਵੀ ਦੇਖੋ ਐਡੀ ਵੱਡੀ ਗਲਤੀ ਕੀਤੀ ਹੈ ਜੁੱਤੀਆਂ ਦੇ ਲਾਇਕ ਆ ਬਿਲਕੁਲ ਪਰ ਲੋਕ ਇਹ ਵੀਡੀਓ ਬਣਾਉਂਦੇ ਇਹ ਕਹਿ ਰਹੇ ਆ ਵੀ ਇਹਨਾਂ ਦੀ ਬਣਾਓ ਵੀਡੀਓ ਹਨਾ ਇਹ ਗਲਤ ਕਰ ਰਿਹਾ ਇਹਦਾ ਮਤਲਬ ਗਲਤ ਕਰ ਰਹੇ ਤਾਂ ਬਜ਼ੁਰਗ ਨੇ ਕੋਈ ਗਲਤ ਨਹੀਂ ਕੀਤਾ ਹੁਣ ਇਸ ਕਰਕੇ ਥੋੜੀ ਬਹੁਤ ਸ਼ਰਮ ਚਾਹੀਦੀ ਨਾ ਲੋਕਾਂ ਨੂੰ ਜਥੇਦਾਰ ਸਾਹਿਬ ਹੋਰ ਬਿਆਨ ਤਾਂ ਬਹੁਤ ਕੁਝ ਦੇ ਦਿੰਦੇ ਆ ਬਿਲਕੁਲ ਟਾਸਕ ਫੋਰਸ ਜਿਹੜੀ ਆ ਪਹਿਲਾਂ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਬਣੀ ਰਹਿੰਦੀ ਆ ਕੀ ਪ੍ਰੋਪਰ ਟ੍ਰੇਨਿੰਗ ਨਾ ਹੋਣਾ ਪ੍ਰੋਪਰ ਮਰਿਆਦਾ ਦਾ ਪਾਠ ਇਹਨਾਂ ਲੋਕਾਂ ਨੂੰ ਨਾ ਦੱਸਣਾ ਵੀ ਇਹਨਾਂ ਇਹੋ ਜਿਹੀਆਂ ਘਟਨਾਵਾਂ ਦੇ ਇੱਕ ਕਾਰਨ ਹੋ ਸਕਦਾ ਨਹੀਂ ਮੈਂ ਇਹ ਨਹੀਂ ਮੰਨਦਾ ਬਾਈ ਆਪਾਂ ਇਹ ਨਹੀਂ ਕਹਿ ਸਕਦੇ ਪ੍ਰੋਪਰ ਟ੍ਰੇਨਿੰਗ ਨਹੀਂ ਹੈ ਹੋ ਸਕਦਾ ਇਹਨਾਂ ਨੂੰ ਟ੍ਰੇਨਿੰਗ ਇਸ ਗੱਲ ਦੀ ਦਿੱਤੀ ਹੋਵੇ ਹੋ ਸਕਦਾ ਇਹਨਾਂ ਲਈ ਇਹੀ ਟ੍ਰੇਨਿੰਗ ਪ੍ਰੋਪਰ ਹੋਵੇ ਗੱਲ ਤਾਂ ਇਹ ਆ ਵੀ ਟ੍ਰੇਨਿੰਗ ਦਿੱਤੀ ਕਿਸ ਵੇ ਦੇ ਵਿੱਚ ਗਈ ਹੈ ਜੇ ਬਾਈ ਜੇ ਪਿੱਛੋਂ ਇਹਨਾਂ ਨੂੰ ਟ੍ਰੇਨਿੰਗ ਇਸ ਤਰ੍ਹਾਂ ਦੀ ਮਿਲੀ ਹੋਈ ਤਾਂ ਆਪਾਂ ਇਹਨੂੰ ਪ੍ਰੋਪਰ ਮੰਨਦੇ ਹਾਂ ਮਤਲਬ ਕਿ ਜਿਹੜੀ ਟ੍ਰੇਨਿੰਗ ਸ਼੍ਰੋਮਣੀ ਕਮੇਟੀ ਨੇ ਦਿੱਤੀ ਉਹ ਪ੍ਰੋਪਰ ਹੈ ਪਰ ਸੰਗਤ ਆਪਾਂ ਇਹ ਕਿਹਾ ਜਾ ਸਕਦਾ ਸੰਗਤ ਦੇ ਅਕੋਰਡਿੰਗ ਜੇ ਸੰਗਤ ਦੀ ਕਮੇਟੀ ਹੈ ਸੰਗਤ ਦਾ ਇੱਥੇ ਪੈਸਾ ਆ ਰਿਹਾ ਸਾਰਾ ਕੁਝ ਸੰਗਤ ਦਾ ਤਾਂ ਸੰਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਨਾ ਪਰ ਗੁੰਡਾਗਰਦੀ ਜੇ ਪਿੱਛੋਂ ਹੀ ਗੁੰਡਾਗਰਦੀ ਸਿਖਾਈ ਹੋਵੇ ਤਾਂ ਗੁੰਡੇ ਹੀ ਪੈਦਾ ਕੀਤੇ ਗਏ ਲੋਕ ਰੱਖੇ ਗਏ ਹੁਣ ਜਿਨ੍ਹਾਂ ਦੇ ਅੰਦਰ ਕੋਈ ਭਾਵਨਾ ਹੀ ਨਹੀਂ ਹੈ ਜਿਨ੍ਹਾਂ ਦੇ ਅੰਦਰ ਕੋਈ ਦਿਲ ਹੀ ਨਹੀਂ ਹੈਗਾ ਜੇ ਉਹੀਆਂ ਦੀਆਂ ਭਰਤੀਆਂ ਕਰਕੇ ਇਹ ਭਰਤੀ ਕਰਨੇ ਨੇ ਗੁੰਡੇ ਬਿਲਕੁਲ ਫਿਰ ਇਹ ਜਾਣ ਬੁੱਝ ਕੇ ਕੀਤੀ ਗਈ ਗਈਆਂ ਸ਼ਰਾਰਤਾਂ ਨੇ ਔਰ ਇਹਨਾਂ ਦਾ ਸਿੱਖ ਕੌਮ ਦੇ ਉੱਤੇ ਬਹੁਤ ਡੂੰਘਾ ਅਸਰ ਔਰ ਮਾੜਾ ਅਸਰ ਪੈਂਦਾ ਸ਼੍ਰੋਮਣੀ ਕਮੇਟੀ ਦੇ ਇਹਨਾਂ ਮੁਲਾਜ਼ਮਾਂ ਦੇ ਨਿਗਾਹ ਦੇ ਵਿੱਚ ਨਹੀਂ ਚੜਦਾ ਪਰ ਜਦੋਂ ਇੱਕ ਬਜ਼ੁਰਗ ਜੰਗਲਾ ਟੱਪ ਜਾਂਦਾ ਜਿਹੜੀ ਕਿ ਐਡੀ ਵੱਡੀ ਗਲਤੀ ਵੀ ਨਹੀਂ ਆ ਐਡੀ ਕੁੱਟਮਾਰ ਕਰਨ ਵਾਲੀ ਗਲਤੀ ਵੀ ਨਹੀਂ ਆ ਤਾਂ ਉਸ ਨੂੰ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਤਾਂ ਜਦੋਂ ਦੂਸਰਾ ਟੀ ਸ਼ਰਟ ਪਾ ਕੇ ਆ ਜਾਂਦਾ ਤਾਂ ਉਸ ਤੋਂ ਆਪਣਾ ਪੱਲਾ ਝਾੜ ਲਿਆ ਜਾਂਦਾ ਬਿਲਕੁਲ ਇਹੀ ਤਾਂ ਯਾਰ ਮੈਂ ਪਹਿਲੇ ਜਿਵੇਂ ਗੱਲ ਕਰਕੇ ਹਟਿਆ ਸ਼ੁਰੂ ਦੇ ਵਿੱਚ ਵੀ ਇਹੀ ਸਾਡੀ ਤਰਾਸਦੀ ਹੈ ਵੀ ਸਿੱਖ ਕਿਉਂ ਨੀ ਹੁਣ ਤੱਕ ਅਸੀਂ ਇਨਸਾਫ਼ ਲੈ ਸਕੇ ਬਹੁਤ ਸਾਰੇ ਸਿੱਖੀ ਮੁੱਦਿਆਂ ਦਾ ਜਾਂ ਸਿੱਖੀ ਮਸਲਿਆਂ ਦਾ ਉਹਦਾ ਕਾਰਨ ਇਹ ਹੈ ਵੀ ਅਸੀਂ ਸਿੱਖ ਹੀ ਮਤਲਬ ਕਿ ਸਿੱਖਾਂ ਨੂੰ ਕੁੱਟਣ ਵੱਲ ਹੋਏ ਪਏ ਹਾਂ ਅਸੀਂ ਕਿਸੇ ਨੂੰ ਕਲਾਵੇ ਵਿੱਚ ਨਹੀਂ ਲਿਆ ਕਿਸੇ ਨੂੰ ਆਪਣੀ ਜੱਫੀ ਦੇ ਵਿੱਚ ਨਹੀਂ ਲਿਆ ਪਿਆਰ ਨਹੀਂ ਸਿਖਾਇਆ ਇਸ ਕਰਕੇ ਤੁਸੀਂ ਅੰਮ੍ਰਿਤਸਰ ਦੇ ਵਿੱਚ ਜਾਓਗੇ ਨਾ ਉੱਥੇ ਤੁਹਾਨੂੰ ਗੁਰੂ ਘਰ ਹੁਣ ਘੱਟ ਚਰਚ ਵੱਧ ਮਿਲਨੇ ਆ ਤੁਹਾਨੂੰ ਜਾ ਕੇ ਬਿਲਕੁਲ ਲੋਕ ਧਰਮ ਪਰਿਵਰਤਨ ਕਰ ਰਹੇ ਨੇ ਉਹਦਾ ਕਾਰਨ ਇਹੀ ਹੈ ਜੇ ਇਹ ਲੋਕ ਨਾ ਟਲੇ ਆਪਣੀਆਂ ਆਦਤਾਂ ਤੋਂ ਉੱਥੇ ਕੋਈ ਬੰਦਾ ਬਾਹਰੋਂ ਆਉਂਦਾ ਹੈ ਕੋਈ ਬੀਬੀ ਬਾਹਰੋਂ ਆ ਕੇ ਨੰਗੇ ਸਿਰ ਫੋਟੋ ਖਿਚਾਉਣ ਲੱਗ ਜਾਂਦੀ ਉਹਨੂੰ ਪਿਆਰ ਨਾਲ ਦੱਸੋ ਯਾਰ ਉਹ ਬਾਹਰੋਂ ਆਇਆ ਉਹਨੂੰ ਕੀ ਪਤਾ ਬਿਲਕੁਲ ਜੇ ਉਹਨਾਂ ਦੇ ਹੋ ਸਕਦਾ ਉਹਨਾਂ ਦੇ ਧਰਮ ਦੇ ਅਕੋਰਡਿੰਗ ਨਹੀਂ ਇਸ ਤਰ੍ਹਾਂ ਮਤਲਬ ਕਿ ਚੁੰਨੀ ਲੈਂਦੇ ਹੋਣੇ ਆ ਜਾਂ ਇਸ ਤਰ੍ਹਾਂ ਉੱਥੇ ਕਰ ਸਕਦੇ ਹੋਊਗੇ ਪਰ ਉਹਨਾਂ ਨੂੰ ਆਪਣਾ ਇਤਿਹਾਸ ਦੱਸੋ ਯਾਰ ਪਿਆਰ ਨਾਲ
ਇਹ ਕਿ ਤੁਸੀਂ ਕਿਸੇ ਔਰਤ ਨੂੰ ਵੀ ਉੱਥੇ ਤੱਕ ਕੁੱਟਣ ਤੱਕ ਜਾਂਦੇ ਇਹ ਬਿਲਕੁਲ ਬਿਲਕੁਲ ਜਦੋਂ ਤੱਕ ਤੁਸੀਂ ਤੁਹਾਡੇ ਸਾਡੀ ਸਿੱਖੀ ਤਾਂ ਉਹ ਹੈ ਯਾਰ ਜਿਹਨੇ ਹਮੇਸ਼ਾ ਹੀ ਪਿਆਰ ਸਿਖਾਇਆ ਜਿਹੜੇ ਭੁੱਲੇ ਭਟਕੇ ਲੋਕਾਂ ਨੂੰ ਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਡੰਡੇ ਨਾਲ ਨਹੀਂ ਸੁਧਾਰੇ ਬਿਲਕੁਲ ਜਿਹੜੇ ਨਹੀਂ ਸੁਧਰ ਰਹੇ ਸੀਗੇ ਜਾਂ ਜਿਹੜੇ ਨਹੀਂ ਉਸ ਤੋਂ ਬਾਅਦ ਪਿਆਰ ਤੋਂ ਬਾਅਦ ਮੁੱਛਾਂ ਜੀਆਂ ਦਿਖਾਉਂਦੇ ਸੀ ਨਾ ਬਿੱਲੀਆਂ ਵਾਂਗੂ ਬਿਲਕੁਲ ਤੇ ਡੰਡਾ ਔਰ ਤਲਵਾਰ ਉੱਥੇ ਫਿਰੀ ਸੀਗੀ ਗੁਰੂ ਸਾਹਿਬ ਦੀ ਕਿਰਪਾ ਬਿਲਕੁਲ ਜਗਦੀਪ ਜੀ ਜਦੋਂ ਹੁਣ ਧਰਨੇ ਪ੍ਰਦਰਸ਼ਨ ਵੀ ਜਿਹੜੇ ਨੇ ਕੀਤੇ ਜਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਹੋ ਰਹੀਆਂ ਬੇਅਦਬੀਆਂ ਦਾ ਇਨਸਾਫ ਸਿੱਖ ਕੌਮ ਦੇ ਵੱਲੋਂ ਮੰਗਿਆ ਜਾ ਰਿਹਾ ਕਿਤੇ ਨਾ ਕਿਤੇ ਇਹ ਘਟਨਾਵਾਂ ਵੀ ਸਰਕਾਰਾਂ ਤੱਕ ਦੂਜੀ ਧਿਰ ਤੱਕ ਪਹੁੰਚਦੀਆਂ ਹੋਣਗੀਆਂ ਕਿ ਸਿੱਖ ਆਪਸ ਦੇ ਵਿੱਚ ਲੜਦੇ ਨੇ ਕਿਉਂਕਿ ਉਹ ਬਜ਼ੁਰਗ ਵੀ ਜਿਹੜੇ ਨੇ ਅੰਮ੍ਰਿਤਧਾਰੀ ਲੱਗ ਰਹੇ ਨੇ ਦੇਖਣ ਨੂੰ 70 ਤੋਂ 75 ਸਾਲ ਦੇ ਕਰੀਬ ਦੀ ਉਮਰ ਲੱਗ ਰਹੀ ਆ ਕਿਤੇ ਇਹਨਾਂ ਦਾ ਫੈਕਟ ਤਾਂ ਨਹੀਂ ਪੈਂਦਾ ਕਿ ਸਿੱਖ ਜ਼ਿਆਦਾ ਦੇਰ ਆਪਣਾ ਇੱਕਾ ਕਾਇਮ ਨਹੀਂ ਰੱਖ ਸਕਦੇ ਸਿੱਖ ਆਪਸ ਦੇ ਵਿੱਚ ਲੜਨਗੇ ਇਸ ਕਰਕੇ ਇਹਨਾਂ ਨੂੰ ਧਰਨਿਆਂ ਦੇ ਵਿੱਚ ਉਲਝਾਈ ਰੱਖੋ ਇਨਸਾਫ ਨਾ ਦਿਓ ਸਾਡੀ ਤਰਾਸਦੀ ਰਹੀ ਹੈ ਜਦੋਂ ਤੋਂ ਪਰਿਵਾਰ ਵਿਛੋੜੇ ਤੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਅਸੀਂ ਵੀ ਵਿਛੜ ਗਏ ਬਾਈ ਅਸੀਂ ਅਲੱਗ ਅਲੱਗ ਸੰਪਰਦਾਵਾਂ ਚ ਵਿਛੜ ਗਏ ਉਸ ਤੋਂ ਬਾਅਦ ਅਸੀਂ ਆਪਣਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਹ ਸਾਡੀ ਬਹੁਤ ਵੱਡੀ ਤਰਾਸਦੀ ਰਹੀ ਹੈ ਪਰਿਵਾਰ ਵਿਛੋੜੇ ਤੇ ਵਿਛੋੜਾ ਪੈਣ ਤੋਂ ਬਾਅਦ ਉਸ ਤੋਂ ਪਹਿਲਾਂ ਕੌਮ ਨੂੰ ਇਕਮੁੱਠ ਕੀਤਾ ਹੋਇਆ ਸੀ ਗੁਰੂ ਸਾਹਿਬ ਨੇ ਤੇ ਸਾਰੇ ਅਸੀਂ ਭਰਾ ਸੀਗੇ ਪਰ ਇਹ ਬਹੁਤ ਮਾੜੀ ਗੱਲ ਹੈ ਜੇਕਰ ਸਾਡੀਆਂ ਅਜਿਹੀਆਂ ਚਲੋ ਛੋਟੀ ਮੋਟੀ ਕੋਈ ਹੋਵੇ ਗੁਰਦੁਆਰੇ ਦੇ ਵਿੱਚ ਕਿਸੇ ਨੇ ਕਰਤਾ ਆਪਾਂ ਮੰਨਦੇ ਹਾਂ ਵੀ ਯਾਰ ਇਹਨਾਂ ਨੂੰ ਅਕਲ ਨਹੀਂ ਹੈਗੀ ਪਰ ਜਿਹਨਾਂ ਲੋਕਾਂ ਨੇ ਜਿੱਥੋਂ ਸਾਡੇ ਸਿੱਖਾਂ ਨੇ ਅਕਲ ਲੈਣੀ ਹੈ ਜੇ ਉੱਥੋਂ ਇਹ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਤਾਂ ਇਸ ਤੋਂ ਮਾੜੀ ਤਾਂ ਕੋਈ ਗੱਲ ਹੋ ਹੀ ਨਹੀਂ ਸਕਦੀ ਔਰ ਇਹਨੂੰ ਜ਼ਰੂਰ ਮੈਂ ਧਾਮੀ ਸਾਹਿਬ ਨੂੰ ਬੇਨਤੀ ਕਰਦਾ ਵੀ ਤੁਸੀਂ ਕਿਰਪਾ ਕਰਕੇ ਜਲੂਸ ਤਾਂ ਤੁਸੀਂ ਪਹਿਲਾਂ ਆਪਣੀ ਪਹਿਲਾਂ ਪਾਰਟੀ ਨੂੰ ਤਾਂ ਉੱਥੋਂ ਸਾਂਭੀ ਜਾ ਰਹੀ ਅਕਾਲੀ ਦਲ ਜੀ ਤੇ ਹੁਣ ਸ਼੍ਰੋਮਣੀ ਕਮੇਟੀ ਵੱਲ ਨੂੰ ਵੀ ਲੋਕ ਹੋਏ ਪਏ ਆ ਇਸ ਕਰਕੇ ਤੁਸੀਂ ਸਾਨੂੰ ਪੁੱਛਦੇ ਹੁੰਦੇ ਆ ਨਾ ਜਦੋਂ ਅਸੀਂ ਇਹਨਾਂ ਨੂੰ ਸਵਾਲ ਕਰਦੇ ਹਾਂ ਵੀ ਦੱਸੋ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਕਿੱਥੇ ਕਿੱਥੇ ਗਲਤੀਆਂ ਹੋਈਆਂ ਜੀ ਇਹ ਕਹਿੰਦੇ ਤੁਹਾਨੂੰ ਪਤਾ ਹੋਣਾ ਵੀ ਤੁਸੀਂ ਮੀਡੀਆ ਨੇ ਪ੍ਰਚਾਰਿਆ ਗਲਤ ਸੋਸ਼ਲ ਮੀਡੀਆ ਤੇ ਦਿਖਾਇਆ ਤੇ ਆ ਜਿਹੜਾ ਤੁਸੀਂ ਗਲਤ ਕਰੀ ਜਾਂਦੇ ਉਹਨੂੰ ਸਹੀ ਕਹਿ ਕੇ ਪ੍ਰਚਾਰੀਏ ਫਿਰ ਹੁਣ ਅਸੀਂ ਇਸ ਕਰਕੇ ਪਿਛਲੀਆਂ ਗਲਤੀਆਂ ਤੋਂ ਆਪਣਾ ਸਿੱਖਣ ਦੀ ਬਜਾਏ ਇਹ ਹੋਰ ਨਵੀਆਂ ਨਵੀਆਂ ਗਲਤੀਆਂ ਕਰ ਰਹੇ ਆ ਉਹਦਾ ਖਮਿਆਜ਼ਾ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪੈਣਾ ਆਖਰੀ ਸਵਾਲ ਜਗਦੀਪ ਜੀ ਕਿ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਿਹੜੇ ਨੇ ਕੀ ਹੁਣ ਇਹਨਾਂ ਦੇ ਖਿਲਾਫ ਕੋਈ ਜਿਨ੍ਹਾਂ ਲੋਕਾਂ ਨੇ ਕੁੱਟਮਾਰ ਕੀਤੀ ਉਹਨਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਹੋਣ ਦੀ ਉਮੀਦ ਸਿੱਖ ਕੌਮ ਕਰੇ ਜਾਂ ਫਿਰ ਜਿਸ ਤਰ੍ਹਾਂ ਪਹਿਲੇ ਮਾਮਲੇ ਦੱਬੇ ਜਾਂਦੇ ਰਹੇ ਨੇ ਇਹ ਮਾਮਲਾ ਵੀ ਉਸ ਤਰ੍ਹਾਂ ਦੱਬ ਜਾਵੇਗਾ ਉਮੀਦ ਤਾਂ ਬਾਈ ਜੇ ਤਾਂ ਹੁਣ ਪਿੱਛੋਂ ਹੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਜੇ ਟ੍ਰੇਨ ਗਏ ਇਹਨਾਂ ਦੀ ਉਸ ਤਰ੍ਹਾਂ ਦੀ ਹੋਈ ਫਿਰ ਕਰਨੀ ਹੈ ਕਾਰਵਾਈ ਲੋਕ ਦਿਖਾਵਾ ਜ਼ਰੂਰ ਕਰ ਸਕਦੇ 10 ਦਿਨ ਦੇ ਲਈ ਸਸਪੈਂਡ ਕਰਕੇ ਫੇਰ ਬਹਾਲ ਕਰ ਦੇਣਗੇ ਕਿਉਂਕਿ ਇਹ ਤਾਂ ਆਮ ਚੱਲਦਾ ਰਹਿੰਦਾ ਇਹਨਾਂ ਦਾ ਸੋ ਪਰ ਬਿਆਨ ਇਹਦੇ ਵਿੱਚ ਜ਼ਰੂਰ ਇੱਕ ਆਉਣਾ ਚਾਹੀਦਾ ਵੀ ਜੇ ਇਸ ਤੋਂ ਬਾਅਦ ਇਸ ਤਰ੍ਹਾਂ ਦੀ ਹੁੰਦੀ ਜਥੇਦਾਰ ਸਾਹਿਬ ਐਕਸ਼ਨ ਲੈਣ ਧਾਮੀ ਸਾਹਿਬ ਬੋਲਣ ਇਹਦੇ ਬਾਰੇ ਇਹ ਕੌਮ ਦਾ ਜਿਹੜਾ ਜਲੂਸ ਕੱਢਣ ਲੱਗੇ ਹੋਏ ਆ ਇਹ ਧਰਮ ਦੇ ਠੇਕੇਦਾਰ ਜਿਹਨਾਂ ਲੋਕਾਂ ਨੂੰ ਥੋੜੀ ਜਿਹੀ ਸ਼ਰਮ ਚਾਹੀਦੀ ਹੈ ਇਹ ਸਾਡੀ ਕੌਮ ਦਾ ਬਹੁਤ ਜਲੂਸ ਜਿਹੜਾ ਹੈਗਾ ਹੋਰ ਲੋਕ ਕੱਢ ਰਹੇ ਆ ਤੇ ਨਾਲ ਇਹ ਵੀ ਸਿੱਖੀ ਦੇ ਦੁਸ਼ਮਣਾਂ ਦੇ ਵਿੱਚ ਹੀ ਫਿਰ ਆਪਾਂ ਮੰਨਾਂਗੇ ਜਿਵੇਂ ਲੋਕ ਕਹਿ ਰਹੇ ਆ ਨਾ ਲਗਾਤਾਰ ਵੀ ਉਦੋਂ ਤੁਹਾਡੀ ਟਾਸਕ ਫੋਰਸ ਕਿੱਥੇ ਚੱਲ ਜਾਂਦੀ ਆ ਫੋਰਸ ਵੀ ਨਹੀਂ ਕਹਿ ਰਹੇ ਉਹ ਤਾਂ ਗੁੰਡੇ ਹੀ ਕਹਿ ਰਹੇ ਵੀ ਕਿੱਥੇ ਚੱਲ ਜਾਂਦੇ ਆ ਬਿਲਕੁਲ ਉਹ ਘਟਨਾਵਾਂ ਦੇ ਵੇਲੇ ਤਾਂ ਜ਼ਰੂਰ ਇਹ ਤੋਂ ਸਿੱਖਣਾ ਚਾਹੀਦਾ ਹੈ ਜੀ ਬਹੁਤ ਸ਼ੁਕਰੀਆ ਜਗਦੀਪ ਜੀ ਸੋ ਜਗਦੀਪ ਸਿੰਘ ਥਲੀ ਦੇ ਨਾਲ ਗੱਲਬਾਤ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਿੱਖਾਂ ਦੀ ਸਿਰਮੌਰ ਸੰਸਥਾ ਮੰਨੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਵਿੱਚ ਕਾਮ ਗਰੀਬੜਾ ਸਿੱਖ ਬਣ ਕੇ ਦਰਸ਼ਨ ਕਰਨ ਦੇ ਲਈ ਆਏ ਇੱਕ ਬਜ਼ੁਰਗ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਗਲਤੀ ਬਜ਼ੁਰਗਾਂ ਦੀ ਇਹ ਦੱਸੀ ਜਾ ਰਹੀ ਹੈ ਕਿ ਉਹਨਾਂ ਨੇ ਕੋਈ ਲਾਈਨ ਤੋੜ ਕੇ ਕੋਈ ਜੰਗਲਾ ਟੱਪਿਆ ਸੀ ਪਰ ਕੀ ਇਹ ਗਲਤੀ ਇੰਨੀ ਵੱਡੀ ਸੀ ਕਿ ਉਹਨਾਂ 70 ਤੋਂ 75 ਸਾਲ ਦੀ ਜਿਹਨਾਂ ਬਜ਼ੁਰਗਾਂ ਦੀ ਉਮਰ ਦੱਸੀ ਜਾ ਰਹੀ ਆ ਕੀ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਢਾ ਕੇ ਉਹਨਾਂ ਨੂੰ ਕੁੱਟਿਆ ਜਾਂਦਾ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਵੱਲੋਂ ਵੱਡੇ ਸਵਾਲ ਖੜੇ ਹੋ ਰਹੇ ਨੇ ਟਾਸਕ ਫੋਰਸ ਦੇ ਜਿਨ੍ਹਾਂ ਦੀ ਜ਼ਿੰਮੇਵਾਰੀ ਗੁਰੂ ਘਰ ਦੀ ਸੁਰੱਖਿਆ ਦੀ ਆ ਜਿਨ੍ਹਾਂ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡੀਆਂ ਜ਼ਿੰਮੇਵਾਰੀਆਂ ਲਗਾਈਆਂ ਗਈਆਂ ਨੇ ਕੀ ਇਸ ਤਰ੍ਹਾਂ ਦੀ ਟਾਸਕ ਫੋਰਸ ਜਿਹਦੇ ਵਿੱਚ ਸਿੱਖ ਨੌਜਵਾਨ ਭਰਤੀ ਕੀਤੇ ਜਾਂਦੇ ਨੇ ਹੁਣ ਉਹਨਾਂ ਨੂੰ ਹੀ ਆਮ ਸ਼ਰਧਾਲੂਆਂ ਦੇ ਵੱਲੋਂ ਗੁੰਡਾ ਟਾਸਕ ਫੋਰਸ ਦਾ ਐਲਾਨ ਕਰ ਦਿੱਤਾ ਗਿਆ ਸਵਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਉੱਪਰ ਵੀ ਵੱਡੇ ਖੜੇ ਹੋ ਰਹੇ ਨੇ ਕਿ ਹੁਣ ਹਰ ਮੁੱਦੇ 'ਤੇ ਜ਼ਿਆਦਾਤਰ ਮੁੱਦਿਆਂ 'ਤੇ ਬੋਲਣ ਵਾਲੇ ਜਥੇਦਾਰ ਸਾਹਿਬ ਬੇਅਦਬੀ ਦੇ ਮੁੱਦੇ 'ਤੇ ਕਿਉਂ ਨਹੀਂ ਬੋਲਦੇ ਜਾਂ ਇੱਕ ਗੁਰਸਿੱਖ ਬਜ਼ੁਰਗ ਦੀ ਜਦੋਂ ਕੁੱਟਮਾਰ ਹੁੰਦੀ ਹੈ ਕੀ ਇਸ ਮੁੱਦੇ 'ਤੇ ਜਥੇਦਾਰ ਸਾਹਿਬ ਬੋਲਣਗੇ ਜੇਕਰ ਬਜ਼ੁਰਗਾਂ ਦੀ ਕੋਈ ਗਲਤੀ ਵੀ ਸੀ ਜੇਕਰ ਉਹਨਾਂ ਨੇ ਕੁਝ ਇਸ ਤਰ੍ਹਾਂ ਦਾ ਵੀ ਕੀਤਾ ਸੀ ਕੀ ਉਹਨਾਂ ਦੀ ਗਲਤੀ ਐਡੀ ਵੱਡੀ ਸੀ ਕਿ ਉਹਨਾਂ ਨੂੰ ਕੁੱਟਿਆ ਜਾਂਦਾ ਕੀ ਉਹਨਾਂ ਦੀ ਸ਼ਿਕਾਇਤ ਜਿਹੜੀ ਆ ਕਿਸੇ ਪੁਲਿਸ ਥਾਣੇ ਦੇ ਵਿੱਚ ਜਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਵਿੱਚ ਨਹੀਂ ਸੀ ਕੀਤੀ ਜਾ ਸਕਦੀ
सवाल वड्डे ने हुण देखना होगा कि श्रोमणी गुरद्वारा प्रबंधक कमेटी के वलों जां जथेदार साहब श्री अकाल तख्त साहब के वलों इस तरह के उपर कोई बयान दिता जाएगा, कोई अपना स्पष्टीकरण दिता जाएगा, जां बजुर्गों की कुटमार करने वालों के खिलाफ कोई सख्त तो सख्त कार्रवाई की जाएगी।